ਮਿਨੀ ਪਟਿਆਲਾ ਦੇ ਵਿੱਚ ਦਿਨ ਦਿਹਾੜੇ ਚੱਲੀਆਂ ਤਲਵਾਰਾਂ, ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ। ਘਟਨਾ ਦੌਰਾਨ ਦੋ ਨੌਜਵਾਨ ਹੋਏ ਗੰਭੀਰ ਰੂਪ ਵਿੱਚ ਜ਼ਖਮੀ। ਜੀ ਹਾਂ, ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੱਲ੍ਹ ਦਿਨ ਦਿਹਾੜੇ ਪਟਿਆਲਾ ਦੀ ਰਾਜ ਕਲੋਨੀ ਦੇ ਵਿੱਚ ਕੁਝ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਦੋ ਨੌਜਵਾਨਾਂ ਨੂੰ ਜ਼ਖਮੀ ਕੀਤਾ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਜ਼ਖਮੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੱਕ ਵਿਆਹ ਦੇ ਸਮਾਗਮ ਦੇ ਸਿਲਸਿਲੇ ਦੇ ਵਿੱਚ ਘਰੋਂ ਬਾਹਰ ਕੁਝ ਸਮਾਨ ਲੈਣ ਲਈ ਆਏ ਸੀ, ਜਿਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਘੇਰ ਕੇ ਮਾਰਕੁੱਟ ਕੀਤੀ। ਡਿਵੀਜ਼ਨ ਨੰਬਰ 2 ਦੇ ਇੰਚਾਰਜ ਗੁਰਸਿਮਰਨ ਵੀਰ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਪਰਾਧੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਸਰ ਉੱਥੋਂ ਜਾ ਰਿਹਾ ਸੀ, ਮੈਂ ਉਹਨਾਂ ਨੂੰ ਉਹ ਕਹਿੰਦੇ ਤੇਰੀ ਲੜਾਈ, ਤੂੰ ਲੜਾਈ ਦੇ ਵਿੱਚ ਆਇਆ, ਉਹਨਾਂ ਨਾਲ ਆਇਆ। ਉਹ ਮੁੰਡੇ ਦਾ ਨਾਮ ਨਹੀਂ ਪਤਾ ਸਰ, ਜਿਨ੍ਹਾਂ ਨਾਲ ਉਹਨਾਂ ਦੀ ਪਹਿਲਾਂ ਲੜਾਈ ਸੀ ਉੱਥੇ ਖੜੇ ਹੋਏ ਸੀਗੇ। ਉਹ ਕਹਿੰਦੇ ਮੈਂ ਉਹਨਾਂ ਨੂੰ ਨਾਲ ਬਿਲਕੁਲ ਨਹੀਂ ਆਇਆ, ਮੇਰੇ ਤਾਂ ਭਾਈ ਦੇ ਮੁੰਡੇ ਦਾ ਵਿਆਹ ਹੈਗਾ, ਅਸੀਂ ਤਾਂ ਵਿਆਹ 'ਚ ਹਾਂ। ਉਹ ਕਹਿੰਦਾ ਨਾ ਤੂੰ ਉਹਦੇ ਨਾਲ ਆਇਆ, ਕਹਿੰਦਾ ਇੰਨੇ ਤਾਂ ਪਿੱਛੇ ਉਹਨੇ ਰਾੜ ਮਾਰਨੀ ਸ਼ੁਰੂ ਕਰ ਦਿੱਤੀ। ਕੀ ਨਾਮ ਤੁਹਾਡਾ? ਮੇਰਾ ਨਾਮ ਰਾਧਿਕਾ ਸਰ। ਰਾਧਿਕਾ ਜੀ, ਤੁਹਾਡਾ ਕੀ ਲੱਗਦਾ ਜੀ? ਮੇਰੇ ਮਾਮਾ ਜੀ ਦਾ ਮੁੰਡਾ ਜੀ। ਕੀ ਮਾਮਲਾ ਕੀ ਹੋਇਆ? ਸਰ ਇਹਦੀ ਪੰਸ਼ੂ ਨਾਮ ਹੈ ਜੀ ਦਾ, ਉਮਰ 20 ਸਾਲਾਂ ਦੀ ਹੈ। ਅਸੀਂ ਵਿਆਹ ਤੇ ਸੀਗੇ ਸਰ, ਵਿਆਹ ਤੋਂ ਨਾ ਜੀ ਉੱਥੇ ਉਹਨਾਂ ਨੇ ਐਂਟਰੈਂਸ 'ਤੇ ਨਾ ਆਤਿਸ਼ਬਾਜ਼ੀਆਂ ਚਲਾਈਆਂ ਸੀ ਸਰ, ਜਿਹਦੇ ਕਰਕੇ ਨਾ ਸਾਨੂੰ ਸੂਟ ਫੁੱਸਕ ਗਿਆ ਸੀਗਾ ਮਾਸੀ ਦੀ ਕੁੜੀ ਦਾ ਜੀ। ਤੇ ਇਸ ਉਹਨਾਂ ਨੇ ਨਾ ਮਾਮੀ ਨੇ ਕਿਹਾ ਕਿ ਘਰ ਤੋਂ ਕੱਪੜੇ ਲੈ ਆਓ ਜੀ। ਕੱਪੜੇ ਲੈਣ ਲਈ ਆਇਆ ਸੀਗਾ ਤੇ ਇਹਨੇ ਵਿੱਚ 'ਚ ਨਾ ਇਸ ਨੂੰ ਕਿਸੇ ਯਾਰ ਦੋਸਤ ਦਾ ਫੋਨ ਆਇਆ ਸੀ, ਕਮਲ ਨਾਮ ਮੁੰਡੇ ਦਾ, ਉਹਨੂੰ ਮਿੰਦਰਾ ਕੋਲ ਇਸਨੇ ਚੱਕਣਾ ਸੀਗਾ। ਇਹ ਸ਼ਾਰਟਕੱਟ ਲੈ ਕੇ ਨਾ ਰਾਜ ਕਲੋਨੀ ਤੋਂ ਪੀਰਾਵਲੀ ਗਲੀ 'ਚੋਂ ਜੀ, ਤੇ ਉੱਥੇ ਮਿੰਦਰਾ ਕੋਲਜ ਕੋਲ ਜਾਣ ਲੱਗਿਆ। ਉੱਥੇ ਵਿੱਚ 'ਚ ਜਿਹੜਾ ਹੈ ਮੁੰਡਾ ਨੇ ਨਾ ਰੋਕ ਕੇ ਇਹਨੂੰ ਹੱਥ ਮਾਰ ਕੇ ਰੋਕਿਆ ਕਿ ਰੁਕ ਦੀ ਪੰਸ਼ੂ। ਉਹਨੂੰ ਕਹਿੰਦੇ ਕਿ ਤੂੰ ਮੁੰਡਿਆਂ ਨਾਲ ਲੜਨ ਲਈ ਆਇਆ? ਕਹਿੰਦਾ ਨਹੀਂ ਜੀ, ਮੈਂ ਤਾਂ ਵਿਆਹ ਤੇ ਜਾਣਾ ਹੈਗਾ। ਨਿਹੱਤਾ ਸੀ ਜੀ ਸਾਡਾ ਮੁੰਡਾ, ਕੁਛ ਵੀ ਨਹੀਂ ਸੀਗਾ। ਉਹਨਾਂ ਨੇ ਆ ਕੇ ਜੀ ਨਾਲ ਹੀ ਪਿੱਛੇ ਤਾਂ ਨਾ ਹਲੇ ਗੱਲ ਕਰ ਪਿੱਛੋਂ ਰਾੜਾ ਮਾਰਨੀਆਂ ਸ਼ੁਰੂ ਕਰਤੀਆਂ। ਇੰਨੇ ਜੀ ਸਾਡੇ ਮੁੰਡਾ ਜਿਹੜਾ ਦੂਸਰਾ ਮੇਰਾ ਭਾਈ ਸੀ ਰਾਹੁਲ ਬਹਾਦਰਗੜ੍ਹ ਤੋਂ, ਉਹ ਵੀ ਆ ਗਿਆ ਜੀ। ਉਹਨੇ ਛੁਡਾਉਣ ਲੱਗੇ, ਉਹਦੇ ਵੀ ਇੰਨੀਆਂ ਮਾਰੀਆਂ ਨੇ ਜੀ ਸੱਟਾਂ। ਉਹ ਤਾਂ PGE ਹੈ ਸਰ, ਉਰਤੋਂ ਤਾਂ, ਕਿਉਂਕਿ ਉਹਨਾਂ ਨੇ ਜਵਾਬ ਦਿੱਤਾ ਸੀ ਉਹਨੂੰ PGE ਰੈਫਰ ਕਰਤਾ ਸੀਗਾ। ਤੇ ਕੀ ਹੋਰ ਕੀ ਹਥਿਆਰ ਸੀ ਉਹਨਾਂ ਕੋਲ? ਉਹਨਾਂ ਕੋਲ ਸਰ ਟਾਕੂਆ ਵੀ ਸੀਗਾ ਤੇ ਤਲਵਾਰਾਂ ਸੀਗੀਆਂ ਸਰ। ਫੁਟੇਜ 'ਚ ਵੀ ਸਾਫ ਸਾਫ ਦਿਖ ਰਿਹਾ ਹੈਗਾ ਕਿ ਜਿਵੇਂ ਉਹਨਾਂ ਨੇ ਸਿੱਧੇ ਪੂਰੇ ਵਾਰ ਇੰਨੇ ਬਿਨ ਦਰਦਨਾਕ ਤਰੀਕੇ ਨਾਲ ਮਾਰਿਆ ਕਿ ਕਿੰਨੀ ਕੀ ਪਤਾ ਨਹੀਂ ਦੁਸ਼ਮਣੀ ਸੀ, ਕਿਵੇਂ ਤਰੀਕੇ ਨਾਲ ਮਾਰਿਆ ਹੈਗਾ ਸਰ। ਇਹਨਾਂ ਨੂੰ ਜਾਣਦਾ ਸੀ ਮੁੰਡਾ? ਹਾਂਜੀ ਸਰ, ਦੋ ਮੁੰਡੇ ਤਾਂ ਜਾਣਦੇ ਸੀ ਜੀ। ਇੱਕ ਦਾ ਨਾਮ ਹੈ ਪਿਊਸ਼, ਸ਼ੀਤਲਾ ਮਾਤਾ ਮੰਦਿਰ ਕੋਲ ਰਹਿੰਦੇ ਜੀ। ਉਹਦੇ ਪਾਪਾ ਦਾ ਨਾਮ ਲੋਗੜ ਹੈ ਜੀ, ਉਹ ਕਾਲੀ ਬੈਲਟ ਦੇ ਹੋਣੇ, ਬਲੈਕ ਬੈਲਟ। ਮਾਮੇ ਦਾ ਮੁੰਡਾ ਕਰਦਾ ਸੀ? ਮੇਰੇ ਮਾਮੇ ਦਾ ਮੁੰਡਾ ਸਰ +2 ਕਰ ਚੁੱਕੇ, ਸੈਲੂਨ ਦਾ ਕੰਮ ਕਰਦਾ ਜੀ। ਤੁਸੀਂ ਕਹਿ ਰਹੇ ਹੋ ਕਿ ਅਸਲਾ ਵੀ ਦਿਖਾਇਆ ਗਿਆ? ਹਾਂਜੀ ਸਰ, ਮੇਰੇ ਭਾਈ ਦੇ ਉੱਤੇ ਅਸਲਾ ਵੀ ਰੱਖਿਆ ਗਿਆ। ਉਹਨੂੰ ਤਾਂ ਮਾਰਨ ਦੀ ਪੂਰੀ ਕੋਸ਼ਿਸ਼ ਕਰੀ ਗਈ ਹੈ। ਜਾਂਦੇ ਹੋਏ ਨਾ ਮੇਰੇ ਭਾਈ ਨੂੰ ਕਹਿ ਸੀ, ਕਹਿੰਦੇ ਲੱਤਾਂ ਤੋੜ ਦੋ, ਨਹੀਂ ਤਾਂ ਇਹਦੀ ਉਹਦੇ ਰਿਵੋਲਵਰ ਵੀ ਉਰੇ ਰੱਖੀ ਗਈ ਹੈ ਸਰ। ਹੋਰ ਤੁਸੀਂ ਕੀ ਮੰਗ ਕਰਦੇ ਹੋ? ਸਰ ਇਨਸਾਫ ਦੀ ਮੰਗ ਕਰਦੇ ਹੈਗੇ ਆ। ਬੱਚਿਆਂ ਦੀ ਸਿਹਤ ਕਿਵੇਂ ਹੈ? ਠੀਕ ਨੇ ਸਰ, ਇਹ ਵਾਲਾ ਵੀ ਠੀਕ ਹੈ, ਉਹ ਵਾਲਾ ਤਾਂ ਹਲੇ ਬੋਲ ਹੀ ਨਹੀਂ ਰਿਹਾ ਸਰ। ਹਾਂਜੀ, ਉਹਦੇ ਤਾਂ ਸਿਰ ਦੇ ਅੰਦਰ ਗੁੰਮ ਸੱਟਾਂ ਲੱਗੀਆਂ ਨੇ, ਅੰਦਰ ਬਲੀਡਿੰਗ ਗਿਰ ਗਈ ਸੀਗੀ ਸਰ, ਉਸ ਕਰਕੇ ਹਲੇ ਤਾਂ ਉਹ ਤਾਂ ਬੋਲ ਹੀ ਨਹੀਂ ਰਿਹਾ ਕੁਛ। ਇਸਕੇ ਅੰਗੂਠੇ ਪੇ ਬਹੁਤ ਲੱਗਿਆ ਅੰਗੂਠੇ, ਹੁਣ ਕਹਿ ਰਹੇ ਸਰ ਕਿ ਕੱਟਣਾ ਪਊਗਾ, ਕਿਉਂਕਿ ਉਹਨਾਂ ਨੇ ਤਲਵਾਰਾ ਟਾਕੂਏ ਨਾਲ ਮਾਰਿਆ ਸਰ ਸਾਡੇ ਭਾਈ ਨੂੰ। ਬਸ ਸਾਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਸਾਡਾ ਭਾਈ ਐਵੇਂ ਹੋ ਰਿਹਾ ਸਰ, ਕੱਲ ਨੂੰ ਸਾਡੇ ਹੋਰ ਵੀ ਬੱਚੇ ਨੇ ਜੀ, ਐਵੇਂ ਤਾਂ ਫਿਰ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਹੈਗੇ ਆ। ਪਰਨਾਮ ਵਗੈਰਾ ਤਾਂ ਇਹੀ ਕੋਈ ਮਾਮਲਾ ਸਾਹਮਣੇ, ਵੀਡੀਓ ਵਗੈਰਾ ਅਸੀਂ ਵੀ ਦੇਖ ਰਹੇ, ਪੜਤਾਲ ਚੱਲ ਰਹੀ ਉਸ ਚੀਜ਼ ਦੀ। ਪਰਸੋਂ ਸ਼ਾਮੀ ਸਾਡੇ ਕੋਲ 7 ਵਜੇ ਤਕਰੀਬਨ ਇੰਟੀਮੇਸ਼ਨ ਹਸਪੀਟਲ 'ਚ ਹੋਇਆ ਵੀ ਲੜਾਈ ਝਗੜਾ ਹੋਣ ਕਾਰਨ ਵੀ ਇੱਥੇ ਦਾਖਲ ਨੇ, ਇੱਕ PGE ਦਾਖਲ ਹੈ ਅਤੇ ਉਸਦੇ ਬਿਆਨ ਕੱਲ੍ਹ ਲਿੱਤੇ ਗਏ ਸੀਗੇ। ਪਰਸੋਂ ਜਾ ਕੇ ਸਵੇਰੇ ਉਹਨੂੰ ਮੁੰਡੇ ਦੇ ਕੱਲ੍ਹ ਬਿਆਨ ਲਿੱਤੇ ਨੇ IU ਨੇ ਜਾ ਕੇ, ਅਤੇ ਜਿਹੜੀ ਵੀਡੀਓ ਵਾਇਰਲ ਹੋਈ ਉਸਦੀ ਪੜਤਾਲ ਚੱਲ ਰਹੀ ਹੈ ਵੀ ਕੀ ਗੱਲ ਬਣ ਰਹੀ, ਕਿਹੜੇ ਮੁੰਡੇ ਨੇ, ਕਿੱਥੋਂ ਦੇ ਰਹਿਣੇ, ਹਜੇ ਉਹਨਾਂ ਦੀ ਚੀਜ਼ ਬਾਰੇ ਕੁਛ ਨਹੀਂ ਪਤਾ। ਇੰਜਰਡ ਸਿਰਫ 2 ਜਣੇ ਨੇ ਮੁੰਡੇ ਜਿਹੜੇ ਇੰਜਰਡ ਹੋਏ ਨੇ। ਇੱਕ ਦਾ ਮੁੰਡਾ ਨਾਮ ਹੈਗਾ ਦੀਪਾਂਸ਼ੂ, ਇੱਕ ਮੁੰਡਾ ਹੈਗਾ ਰਾਹੁਲ। ਕਿੰਨੀ ਉਮਰ ਹੈ ਜੀ? 22 ਸਾਲ ਉਮਰ ਇਹਨਾਂ ਦੀ। ਜਿਹੜੇ ਬੱਚੇ ਇੰਜਰਡ ਹੋਏ ਉਹਨਾਂ ਦੀ ਸਥਿਤੀ ਕੀ ਹੈ? ਸਥਿਤੀ ਠੀਕ ਨੇ ਮੁੰਡੇ, ਅੰਡਰ ਹੋਸ਼ ਨੇ, ਹੋਸ਼ ਨੇ ਮੁੰਡੇ, ਪਰ ਉਹਨੂੰ ਬਿਆਨ ਵਗੈਰਾ ਲਿੱਤੇ ਕਿ ਪੜਤਾਲ ਜਿਹੜੀ ਵੀਡੀਓ ਵਗੈਰਾ ਲਿਖੀ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜੀ। ਸੱਟਾਂ ਵੀ ਵੀਡੀਓ ਦੇਖ ਰਹੇ ਹਜੇ ਕੁਛ ਕਲੀਅਰ ਨਹੀਂ ਹੋ ਰਿਹਾ, ਵੀਡੀਓ ਤਾਂ 1-2 ਜਣੇ ਹੈਗੇ ਵੀ ਹੈ ਤਾਂ ਕਾਫੀ ਨੇ ਜਿਹੜੇ ਸੱਟਾਂ ਵਗੈਰਾ ਜਿਹਨੇ ਮਾਰੀ, ਇੱਕ ਤਾਂ 1-2 ਜਣੇ ਨੇ ਜਿਹੜੇ ਵੀ, ਬਾਕੀ ਪੜਤਾਲ ਚੱਲ ਰਹੀ, ਪੜਤਾਲ ਤੋਂ ਬਾਅਦ ਜੋ ਵੀ ਅੱਗੇ ਕਾਰਵਾਈ ਹੋਊ ਦੇਖੀ ਹੋਊਗੀ।